ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਪੰਜਾਬ ਦੀਆਂ 13 ਲੋਕ ਸਭਾ ਹਲਕਿਆਂ ਤੋਂ ਜਿਹੜੇ ਨਤੀਜਿਆਂ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਕਿਸੇ ਦਾ ਗੁੱਸਾ ਨਿਕਲ ਰਿਹਾ ਹੈ ਤੇ ਕੋਈ ਧੰਨਵਾਦ ਕਰਦਾ ਦਿਖਾਈ ਨਹੀਂ ਦੇ ਰਿਹਾ ਖਾਸ ਕਰਕੇ ਇਸ ਖਬਰ ਦੇ ਵਿੱਚ ਗੱਲ ਕਰਾਂਗੇ ਰਵਨੀਤ ਸਿੰਘ ਬਿੱਟੂ ਦੀ ਲੁਧਿਆਣਾ ਲੋਕ ਸਭਾ ਹਲਕੇ ਦੀ ਬੇਸ਼ੱਕ 20 ਹਜ਼ਾਰ ਦੇ ਮਾਰਜਨ ਦੇ ਨਾਲ ਰਵਨੀਤ ਸਿੰਘ ਬਿੱਟੂ ਜਿਹੜੇ ਰਾਜਾ ਵੜਿੰਗ ਤੋਂ ਪਿੱਛੇ ਰਹਿ ਗਏ ਪਰ ਉਹਨਾਂ ਦੀ ਹਾਰ ਬਰਦਾਸ਼ਤ ਨਹੀਂ ਹੋ ਰਹੀ ਔਰ ਉਸ ਹਾਰ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਜਿਹੜਾ ਸਾਂਝਾ ਕੀਤਾ ਸੀ ਉਹ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਦੇਖਿਆ ਸੁਣਿਆ ਜਾ ਰਿਹਾ ਜਿਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਸੁਰ ਹਾਲੇ ਵੀ ਮੱਠੇ ਨਹੀਂ ਪਏ ਉਹ ਨਹੀਂ ਸਵੀਕਾਰ ਕਰ پا ਰਹੇ ਕਿ ਹਾਰ ਹੋ ਤਾਂ ਹੋ ਕਿਵੇਂ ਗਈ ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੀਆਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਕਾਂਗਰਸ ਪਾਰਟੀ ਦੇ ਵਿੱਚ ਸੱਤਾ ਦਾ ਆਨੰਦ ਵੀ ਮਾਣ ਚੁੱਕੀਆਂ ਨੇ ਨੌਕਰੀਆਂ ਦਾ ਆਨੰਦ ਵੀ ਮਾਣ ਚੁੱਕੀਆਂ ਨੇ ਤੇ ਰਮਨੀਤ ਸਿੰਘ ਬਿੱਟੂ ਖੁਦ ਤਿੰਨ ਵਾਰ ਪਹਿਲਾਂ ਐਮਪੀ ਬਣ ਗਏ ਚੌਥੀ ਵਾਰੀ ਜਦੋਂ ਬਣਨ ਦੀ ਵਾਰੀ ਆਈ ਤਾਂ ਉਹਨਾਂ ਦੇ ਅੱਗੇ ਰਾਜਾ ਵੜਿੰਗ ਆ ਗਏ ਕਿਉਂਕਿ ਉਹਨਾਂ ਨੇ ਪਲਟਾ ਮਾਰ ਦਿੱਤਾ ਜਿਹੜੀ ਕਿ ਪਲਟੀ ਮਾਰੀ ਉਹ ਭਾਜਪਾ ਵੱਲ ਮਾਰੀ ਔਰ ਭਾਜਪਾ ਵਿੱਚ ਕਿਉਂ ਗਏ ਇਸ ਦੇ ਬਾਰੇ ਜ਼ਿਕਰ ਕਰਨ ਦੀ ਸ਼ਾਇਦ ਲੋੜ ਹੋਣ ਨਹੀਂ ਕਿਉਂਕਿ ਉਹ ਪਹਿਲਾਂ ਕਾਫੀ ਕੁਝ ਕਹਿ ਚੁੱਕੇ ਨੇ ਪਰ ਰਮਨੀਤ ਸਿੰਘ ਬਿੱਟੂ ਦਾ ਚੋਣ ਪ੍ਰਚਾਰ ਦੇ ਦੌਰਾਨ ਵੀ ਆਡੀਓ ਦਾ ਲੀਕ ਹੋ ਜਾਣਾ ਜਿਹੜੀ ਕਿ ਬੈਂਸ ਨੇ ਇੱਕ ਜਿਹੜੀ ਆ ਸਿਮਰਜੀਤ ਬੈਂਸ ਨੇ ਕੀਤੀ ਆਡੀਓ ਲੀਕ ਜਿਸ ਵਿੱਚ ਉਹ ਜਾਖੜ ਦੇ ਬਾਰੇ ਸੁਨੀਲ ਜਾਖੜ ਭਾਜਪਾ ਪ੍ਰਧਾਨ ਦੇ ਬਾਰੇ ਵੀ ਕੋਈ ਚੰਗੇ ਸ਼ਬਦਾਂ ਵਿੱਚ ਪੇਸ਼ ਨਹੀਂ ਆ ਰਹੇ ਆਪਣੇ ਹੋਰ ਭਾਜਪਾ ਦੇ ਆਗੂਆਂ ਬਾਰੇ ਵੀ ਇੱਥੋਂ ਤੱਕ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਰੇ ਪਾਸੇ ਆਵਾ ਹੀ ਉੱਤਿਆ ਪਿਆ ਬਈ ਇਹ ਸਾਰੀਆਂ ਗੱਲਾਂ ਹੋਈਆਂ ਔਰ ਜਿੱਥੇ ਉਹਨਾਂ ਨੇ ਕਾਂਗਰਸ ਦੀ ਲੀਡਰਸ਼ਿਪ ਦੇ ਬਾਰੇ ਵੀ ਚੰਗਾ ਮੰਦਾ ਬੋਲਿਆ ਉਹ ਤਾਂ ਸਿਰਦਰਦੀ ਬਣੀ ਕਾਫੀ ਕੁਝ ਫੈਕਟਰ ਸੀ ਜਿਹੜੇ ਉਹਨਾਂ ਦੇ ਹਾਰ ਦੇ ਕਾਰਨ ਬਣੇ ਖਾਸ ਕਰਕੇ ਕਿਸਾਨਾਂ ਨੇ ਜਿਹੜਾ ਆ ਉਹ ਭਾਜਪਾ ਦੇ ਉਮੀਦਵਾਰਾਂ ਦਾ ਕਾਫੀ ਜ਼ਿਆਦਾ ਵਿਰੋਧ ਕੀਤਾ ਹਾਲਾਂਕਿ ਭਾਜਪਾ ਪਾਰਟੀ ਦੀ ਪਰਫਾਰਮੈਂਸ ਲੁਧਿਆਣੇ ਵਿੱਚ ਦੇਖੀ ਜਾਵੇ ਤੇ ਬਾਕੀ 12 ਲੋਕ ਸਭ ਹਲਕਿਆਂ ਦੇ ਮੁਕਾਬਲੇ 13ਵੀਂ ਜਿਹੜੀ ਇਹ ਸੀਟ ਲੁਧਿਆਣੇ ਵਾਲੀ ਆ ਜਿੱਥੇ 5 ਸੀਟਾਂ ਬਹੁਮਤ ਹਾਸਲ ਹੋ ਗਿਆ ਉੱਥੇ ਨੌ ਦੇ ਵਿੱਚੋਂ ਭਾਜਪਾ ਜਿੱਤੀ ਹੈ ਪਰ ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਲੱਗਿਆ ਕਿ ਨਹੀਂ ਉੱਥੇ ਮੈਂਬਰ ਪਾਰਲੀਮੈਂਟ ਹੀ ਬਨਣਾ ਚਾਹੁੰਦੇ ਸਨ ਤੇ ਉਹਨਾਂ ਨੇ ਜਿਹੜਾ ਬਿਆਨ ਸਾਂਝਾ ਕੀਤਾ ਉਹ ਤੁਹਾਡੇ ਨਾਲ ਦੱਸਦੇ ਆ ਪੰਜਾਬੀਆਂ ਨੂੰ ਸਿੱਧਾ ਲਾਂਬਾ ਦਿੱਤਾ ਉਹ ਕਹਿੰਦੇ ਚਾਹੇ ਪਿੰਡਾਂ ਵਾਲੇ ਹੋਣ ਤੇ ਚਾਹੇ ਸ਼ਹਿਰਾਂ ਵਾਲੇ ਸੁਣ ਲਓ ਧਿਆਨ ਨਾਲ ਉਹ ਕਹਿੰਦੇ ਕਿ ਹੁਣ ਕੀ ਜਿਹੜਾ ਫੈਸਲਾ ਤੁਸੀਂ ਲਿਆ ਸੀ ਠੀਕ ਰਹੇ ਹੋ ਹੁਣ ਖੁਦ ਸੋਚਣ ਕਿ ਉਹਨਾਂ ਨੇ ਜਿਹੜਾ ਉਹ ਫੈਸਲਾ ਲਿਆ ਸੀ ਕੀ ਉਹ ਠੀਕ ਹੈ ਫੰਡ ਤਾਂ ਸੈਂਟਰ ਤੋਂ ਹੀ ਆਖਰਕਾਰ ਆਉਣਾ ਤੇ ਮੈਂ ਤਾਂ ਪਹਿਲਾਂ ਹੀ ਕਹਿ ਤਾ ਸੀ ਕਿ ਮੋਦੀ ਸਾਹਿਬ ਦੀ ਸਰਕਾਰ ਆ ਰਹੀ ਹੈ ਐਨਡੀਏ ਦੀ ਸਰਕਾਰ ਆ ਰਹੀ ਹੈ ਤੇ ਉਹਨਾਂ ਤੋਂ ਹੀ ਆਪਾਂ ਆਪਣੇ ਪੰਜਾਬ ਦੀ ਤਰੱਕੀ ਕਰਾਉਣੀ ਹੈ ਪੰਜਾਬ ਕੋਲ ਤਾਂ ਪਹਿਲਾਂ ਹੀ ਜ਼ਹਿਰ ਖਾਨ ਨੂੰ ਪੈਸਾ ਨਹੀਂ ਫੰਡ ਤਾਂ ਸਾਰੇ ਸੈਂਟਰ ਤੋਂ ਹੀ ਆਉਣਗੇ ਇਹ ਰਵਨੀਤ ਸਿੰਘ ਬਿੱਟੂ ਕਹਿੰਦੇ ਫਿਰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਸਾਰ ਕੇ ਵੇਖ ਲਿਓ ਸੈਂਟਰ ਦੇ ਫੰਡਾਂ ਤੋਂ ਬਿਨਾ ਉਹ ਕਹਿੰਦੇ ਕਿ ਹੁਣ ਪਿੰਡਾਂ ਵਾਲਿਓ ਤੁਸੀਂ ਵੀ ਕੀ ਮਨਰੇਗਾ ਦਾ ਪੈਸਾ ਛੱਡਦੇ ਹੋਗੇ ਨਹੀਂ ਲਾਉਂਗੇ ਕੀ ਆਰਡੀਐਫ ਦਾ ਹੁਣ ਫੰਡ ਨਹੀਂ ਲਿਆ ਜਾਵੇਗਾ ਇਹ ਵੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਔਰ ਪਿੰਡ ਜਾਂ ਸ਼ਹਿਰ ਹੁਣ ਉਹਨਾਂ ਸਾਰੇ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹੋયા ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਸਾਰ ਕੇ ਦੇਖ ਲਓ ਹੁਣ ਸੈਂਟਰ ਤੋਂ ਬਿਨਾ ਇਹ ਸਾਰੀਆਂ ਗੱਲਾਂ ਦਾ ਸੰਬੰਧ ਸੰਦਰਭ ਕੀ ਹੈ ਪ੍ਰਸੰਗ ਕੀ ਹੈ ਕਿ ਰਵਨੀਤ ਸਿੰਘ ਬਿੱਟੂ ਨੇ ਜਿਹੜਾ ਲੋਕਾਂ ਨੂੰ ਆਲਾਮਾਂ ਦਿੱਤਾ ਹੈ ਖਾਸ ਕਰਕੇ ਪਿੰਡਾਂ ਵਾਲਿਆਂ ਨੂੰ ਕੀ ਇਸ ਕਰਕੇ ਦਿੱਤਾ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਹੈ ਉਹੀ ਭਾਜਪਾ ਦਾ ਖਾਤਾ ਖੋਲਦੇ ਪੰਜਾਬ ਦੇ ਅੰਦਰ ਘਟੂ-ਘਟੇ ਇੱਕ ਸੀਟ ਤਾਂ ਆਉਂਦੀ ਹਾਲਾਂਕਿ ਇਹ ਵੀ ਮਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਦੀ ਚਰਚਾ ਬਹੁਤ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ 6-7% ਤੋਂ ਲੈ ਕੇ 18% ਦੀ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਹੈ ਭਾਜਪਾ ਔਰ ਖਾਸ ਕਰਕੇ ਲੁਧਿਆਣਾ ਤੋਂ ਸ਼ਹਿਰਾਂ ਦੇ ਜਿਹੜੇ ਹਲਕੇ ਪੈਂਦੇ ਨੇ ਉਸ ਦੇ ਵਿੱਚ ਸਾਰਿਆਂ ਤੋਂ ਹੀ ਬਿੱਟੂ ਨੇ ਜਿਹੜੀ ਆ ਲੀਡ ਹਾਸਲ ਕੀਤੀ ਹੈ ਪਰ ਦੂਸਰੇ ਪਾਸੇ ਵੀ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਸਨ ਉਹਨਾਂ ਦੀ ਵੀ ਜਿੱਤ ਦੇ ਕਈ ਕਾਰਨ ਨੇ ਇੱਕ ਸਿਮਰਜੀਤ ਬੈਂਸ ਜਾਂ ਬੈਂਸ ਭਰਾਵਾ ਦਾ ਉਹਨਾਂ ਦੇ ਹੱਕ ਵਿੱਚ ਕਾਂਗਰਸ ਦੇ ਵਿੱਚ ਆ ਜਾਣਾ ਔਰ ਸਥਾਨਕ ਲੀਡਰਸ਼ਿਪ ਕਾਂਗਰਸ ਦੀ ਹੈ ਉਹਨਾਂ ਨੇ ਜਿਹੜਾ ਆ ਪ੍ਰਧਾਨ ਆਪਣੇ ਦਾ ਸਾਥ ਦਿੱਤਾ ਜਿਸ ਦੇ ਕਰਕੇ ਔਰ ਲੋਕਾਂ ਨੇ ਖਾਸ ਕਰਕੇ ਵੋਟਰਾਂ ਨੇ ਲੱਗਿਆ ਕਿ ਹੁਣ ਦਲ ਪਦਲੂਆਂ ਨੂੰ ਜਾਂ ਸਿਆਸੀ तितਲੀਆਂ ਨੂੰ ਜਿਹੜੀ ਆ ਉਹ ਜ਼ਰੂਰ ਝਟਕਾ ਦੇਣਾ ਚਾਹੀਦਾ ਅੜਾ ਦੇਣੀਆਂ ਚਾਹੀਦੀਆਂ ਨੇ ਇਸੇ ਕਰਕੇ ਹੋ ਸਕਦਾ ਕਿ ਰਵਨੀ ਸਿੰਘ ਬਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਜਿੱਥੋਂ ਤੱਕ ਰਹੀ ਗੱਲ ਰਵਨੀ ਸਿੰਘ ਬਿੱਟੂ ਦੇ ਬਿਆਨ ਦੇ ਮਾਇਨਿਆਂ ਦੀ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਪਿੰਡਾਂ ਵਾਲਿਓ ਕੀ ਹੁਣ ਮਢਰੇਗਾ ਦਾ ਪੈਸਾ ਨਹੀਂ ਲਾਓਗੇ ਕੀ ਹੁਣ ਆਰਡੀਐਫ ਦਾ ਪੈਸਾ ਨਹੀਂ ਲਾਓਗੇ ਕੀ ਛੱਡੋਗੇ ਇਹ ਸਾਰੀਆਂ ਗੱਲਾਂ ਕਹੀਆਂ ਹੁਣ ਰਵਨੀਤ ਸਿੰਘ ਬਿੱਟੂ ਸ਼ਾਇਦ ਗੁੱਸੇ ਦੇ ਵਿੱਚ ਆ ਕੇ ਜਾਂ ਫਿਰ ਗਿਲਾ ਲਾਂਬਾ ਜਿਹੜਾ ਦੇ ਰਿਆ ਲੋਕਾਂ ਨੂੰ ਆਪਣੀ ਥਾਂ ਦੇ ਉੱਤੇ ਹੋ ਸਕਦਾ ਪਰ ਦੂਸਰੇ ਪਾਸੇ ਦੇਖਿਆ ਜਾਵੇ ਤੇ ਆਰਡੀਐਫ ਦਾ ਫੰਡ ਰੂਰਲ ਡਿਵੈਲਪਮੈਂਟ ਦਾ ਫੰਡ ਹੈ ਜਿਹੜਾ ਉਹ ਨਾ ਤਾਂ ਰਵਨੀਤ ਸਿੰਘ ਬਿੱਟੂ ਨੇ ਆਪਣੀ ਜੇਬ ਚੋਂ ਦੇਣਾ ਤੇ ਨਾ ਹੀ ਕੇਂਦਰ ਦੇ ਵਿੱਚ ਕੋਈ ਹੋਵੇ ਚਾਹੇ ਇੰਡੀਆ ਗੱਠਜੋੜ ਹੁੰਦੀ ਸਰਕਾਰ ਤੇ ਚਾਹੇ ਐਨਡੀਏ ਦੀ ਬਣਨ ਜਾ ਰਹੀ ਹੈ ਇਹਨਾਂ ਨੇ ਕਿਸੇ ਨੇ ਵੀ ਆਪਣੀ ਜੇਬ ਚੋਂ ਪੈਸਾ ਨਹੀਂ ਦੇਣਾ ਇਹ ਘੁੰਮ ਕਮਾ ਕੇ ਲੋਕਾਂ ਦੀ ਕਮਾਈ ਦਾ ਪੈਸਾ ਹੈ ਕਿਰਤ ਦਾ ਪੈਸਾ ਹੈ ਤੇ ਉਸ ਦੇ ਵਿੱਚੋਂ ਹੀ ਆਰਡੀਐਫ ਦਾ ਪੈਸਾ ਵਾਪਸ ਆਉਂਦਾ ਹੈ ਸੂਬੇ ਆ ਜਿਹੜੇ ਜੀਐਸਟੀ ਇਕੱਠਾ ਕਰਕੇ ਦਿੰਦੇ ਆ ਜੇ ਹੋਰ ਨਾ ਫੰਡਾਂ ਦੀ ਵੀ ਗੱਲ ਕੀਤੀ ਜਾਵੇ ਜੇ ਮਨਰੇਗਾ ਦਾ ਵੀ ਇੱਕ ਬਜਟ ਰੱਖਿਆ ਜਾਂਦਾ ਤੇ ਉਹ ਵੀ ਲੋਕਾਂ ਦੀ ਕਮਾਈ ਦੇ ਵਿੱਚੋਂ ਹੀ ਦਿੱਤਾ ਜਾਂਦਾ ਤੇ ਮਨਰੇਗਾ ਦਾ ਕਾਨੂੰਨ ਕੀ ਬਣਾਉਣ ਦੇ ਵਿੱਚ ਭਾਜਪਾ ਦੇ ਭੂਮਿਕਾ ਨਿਭਾਈ ਸੀ ਇਥੋਂ ਤੱਕ ਕੇ ਮਨਰੇਗਾ ਦੇ ਕਾਨੂੰਨ ਨੂੰ ਉਸ ਦੇ ਵਿੱਚ ਜਿਹੜੀ ਫੰਡਿੰਗ ਹੈ ਰੱਖੀ ਜਰੂਰ ਜਾ ਰਹੀ ਹੈ ਪਰ ਲਗਾਤਾਰ ਬਜਟ ਦੇ ਵਿੱਚ ਕਟੌਤੀ ਤੱਕ ਕੀਤੀ ਗਈ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਕਰਲਾਉਂਦੇ ਰਹੇ ਹਾਲਾਂਕਿ ਮਨਰੇਗਾ ਦੇ ਕਰਕੇ ਕਈ ਗਰੀਬ ਘਰਾਂ ਦੇ ਚੁੱਲ੍ਹੇ ਬਲਦੇ ਦਿਖਾਈ ਦਿੰਦੇ ਨੇ ਉਹ ਜੇਕਰ ਮਨਰੇਗਾ ਦਾ ਕਾਨੂੰਨ ਲਾਗੂ ਨਾ ਹੋਵੇ ਤਾਂ ਫਿਰ ਕੁਝ ਵੀ ਨਹੀਂ ਹੋ ਸਕਦਾ ਇਹ ਯੂਪੀਏ ਗਵਰਨਮੈਂਟ ਦੇ ਵਿੱਚ ਜਦੋਂ ਮਨਰੇਗਾ ਦਾ ਕਾਨੂੰਨ ਆਇਆ ਸੀ ਤੇ ਉਸ ਤੋਂ ਬਾਅਦ ਇਸ ਨੂੰ ਹਟਾਇਆ ਨਹੀਂ ਸੀ ਜਾ ਸਕਦਾ ਪਰ ਕਈ ਵਾਰੀ ਇਹ ਚਰਚਾ ਹੋਈ ਕਿ ਮਨਰੇਗਾ ਕਾਨੂੰਨ ਕੀ ਹੌਲੀ ਹੌਲੀ ਖਤਮ ਹੋ ਜਾਵੇਗਾ ਪਰ ਨਹੀਂ ਪਿੰਡਾਂ ਦੇ ਵਿੱਚ ਜਿਹੜੀ ਹੈ ਇਸ ਸਕੀਮ ਹੈ ਇਹ ਕਾਨੂੰਨ ਹੈ ਹਾਲੇ ਲਾਗੂ ਹੈ ਹਾਲਾਂਕਿ ਚਾਹੀਦਾ ਤਾਂ ਇਹ ਹੈ ਕਿ ਸ਼ਹਿਰਾਂ ਸ਼ਹਿਰ ਵਾਸੀਆਂ ਵਾਸਤੇ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ 'ਚ ਗੁਜ਼ਾਰਾ ਬੜਾ ਔਖਾ ਕਰਦੇ ਆ ਉਹਨਾਂ ਵਾਸਤੇ ਵੀ ਕੋਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਹੋਣਾ ਚਾਹੀਦਾ ਹੈ ਦੇਸ਼ ਦਾ ਹਰੇਕ ਨਾਗਰਿਕ ਜਿਹੜਾ ਸਾਹ ਲੈਂਦਾ ਹੈ ਜਿਹੜਾ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਂਦਾ ਹੈ ਸਾਰਿਆਂ ਦੇ ਲਈ ਕੰਮ ਜ਼ਰੂਰੀ ਹੈ ਤੇ ਇਸ ਦੇ ਲਈ ਕਾਨੂੰਨ ਤਾਂ ਹੋਣਾ ਚਾਹੀਦਾ ਰਵਨੀਤ ਬਿੱਟੂ ਨੇ ਇਸ ਤਰ੍ਹਾਂ ਦੇ ਕਾਨੂੰਨ ਦੀ ਹਮਾਇਤ ਤਾਂ ਨਹੀਂ ਕੀਤੀ ਪਰ ਰਵਨੀਤ ਬਿੱਟੂ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਹੁਣ ਦੇਖ ਲਿਓ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਐਂਡੀਆ ਦੀ ਸਰਕਾਰ ਆ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ ਆ ਰਹੀ ਹੈ ਤੇ ਹੁਣ ਫੰਡ ਕਿੱਥੋਂ ਲਾਉਂਗੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਰਵਨੀਤ ਸਿੰਘ ਜਿਹੜੀਆਂ ਬਿੱਟੂ ਨੇ ਕੀਤੀਆਂ ਨੇ ਇਹ ਸਮਝ ਤੋਂ ਬਾਹਰ ਨੇ ਕਿ ਉਹਨਾਂ ਨੇ ਕੀ ਪੰਜਾਬ ਦੇ ਲੋਕਾਂ ਦੇ ਖਿਲਾਫ ਗੁੱਸਾ ਕੱਢਿਆ ਜਾ ਫਿਰ ਲੰਬਾ ਦਿੱਤਾ ਹੈ ਇਸ ਨੂੰ ਕੀ ਸਮਝਿਆ ਜਾਵੇ ਹੁਣ ਇਹ ਜਿਹੜੀ ਖਬਰ ਸੁਣਨ ਤੋਂ ਬਾਅਦ ਆ ਤੁਸੀਂ ਵੀ ਉਹ ਵੀਡੀਓ ਪਹਿਲਾਂ ਹੀ ਦੇਖ ਲਈ ਹੋਵੇਗੀ ਉਹ ਜਿਹੜੀ ਕੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਉਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕੀ ਰਵਨੀਤ ਸਿੰਘ ਬਿੱਟੂ ਦੀਆਂ ਇਹਨਾਂ ਗੱਲਾਂ ਦੀ ਲੋਕ ਪ੍ਰਵਾਹ ਕਰਨਗੇ ਜਾਂ ਜਵਾਬ ਦੇਣਗੇ ਤੁਸੀਂ ਖੁਦ ਕੀ ਸਮਝਦੇ ਹੋ ਤਾਂ ਕਮੈਂਟ ਬਾਕਸ ਦੇ ਜ਼ਰੀਏ ਆਪਣਾ ਆਪਣਾ ਜਵਾਬ ਆਪਣੀ ਆਪਣੀ ਰਾਏ ਜ਼ਰੂਰ ਭੇਜ ਸਕਦੇ ਹੋ ਪਰ ਰਵਨੀਤ ਸਿੰਘ ਬਿੱਟੂ ਨੇ ਹਾਰ ਤੋਂ ਬਾਅਦ ਜਿਹੜਾ ਇਹ ਬਿਆਨ ਸਾਂਝਾ ਕੀਤਾ ਹਾਲਾਂਕਿ ਜਿੰਨੇ ਵੀ ਉਮੀਦਵਾਰ ਪੰਜਾਬ ਦੇ ਅੰਦਰ ਹਾਰੇ ਉਹਨਾਂ ਨੇ ਇਥੋਂ ਤੱਕ ਕਿਹਾ ਕਿ ਸਾਨੂੰ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਪਰ ਰਵਨੀਤ ਸਿੰਘ ਬਿੱਟੂ ਨੂੰ ਸ਼ਾਇਦ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਭਾਜਪਾ ਦੇ ਜਿਹੜੇ ਸੂਬਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦਾ ਜ਼ਰੂਰ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਵੀ ਹੰਗਾਰਾ ਦਿੱਤਾ ਜਿੰਨਾ ਵੀ ਹੰਗਾਰਾ ਦਿੱਤਾ ਜੇ ਭਾਜਪਾ ਦੀ ਲੀਡਰਸ਼ਿਪ ਵਰਕਰਾਂ ਨੇ ਕੰਮ ਕੀਤਾ ਵਲੰਟੀਅਰ ਨੇ ਕੰਮ ਕੀਤਾ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਪਾਰਟੀ ਦੇ ਆਗੂ ਨੇ ਉਹਨਾਂ ਨੇ ਕੰਮ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਔਰ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਉਹ ਕਰਦੇ ਨਜ਼ਰ ਆਏ ਪਰ ਰਵਨੀਤ ਸਿੰਘ ਬਿੱਟੂ ਦੀ ਜਿਹੜੀ ਸੁਰ ਤੇ ਉਹਨਾਂ ਦੇ ਜਿਹੜੀ ਵਿਚਾਰ ਹੈ ਉਹ ਸ਼ਾਇਦ ਇਸ ਤਰ੍ਹਾਂ ਨਹੀਂ ਸੀ ਉਹਨਾਂ ਨੇ ਹੋਰ ਹੀ ਬਿਆਨ ਕੀਤਾ ਉਹਨਾਂ ਨੇ ਲੋਕਾਂ ਦਾ ਜਿਹੜਾ ਧੰਨਵਾਦ ਜਿਹੜੇ ਢੰਗ ਨਾਲ ਕਰਨਾ ਚਾਹੀਦਾ ਸੀ ਉਹ ਤਾਂ ਨਜ਼ਰ ਕਿਤੇ ਨਹੀਂ ਆਇਆ ਪਰ ਇਹ ਜਿਹੜੀ ਵੀਡੀਓ ਜਾਂ ਜਿਹੜਾ ਬਿਆਨ ਹੈ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਤਾਂ ਹੁਣ ਦੇਖਦੇ ਹਾਂ ਕਿ ਇਸ ਦੀ ਪ੍ਰਤੀਕਿਰਿਆ ਲੋਕ ਆਉਣ ਵਾਲੇ ਸਮੇਂ ਵਿੱਚ ਵੀ ਕੀ ਦਿੰਦੇ ਐ ਪਰ ਫਿਲਹਾਲ ਦੀ ਘੜੀ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਤਾਂ ਲੋਕਾਂ ਨੇ ਜਿਹੜੀ ਪ੍ਰਤੀਕਿਰਿਆ ਆਪਣੀ ਦੇ ਦਿੱਤੀ ਐ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉੱਥੋਂ ਐਮਪੀ ਚੁਣ ਲਿਆ ਆਪਣਾ ਰਮਨੀਤ ਸਿੰਘ ਮਿੱਟੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਭਾਜਪਾ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਜਿਹੜੇ ਢੰਗ ਨਾਲ ਕੀਤੀ ਉਸ ਦੇ ਵਿੱਚ ਉਹ ਕਾਮਯਾਬ ਹੁੰਦੇ ਵੀ ਨਜ਼ਰ ਆ ਰਹੇ ਐ ਤਾਂ ਤੁਸੀਂ ਬਣੇ ਰਹੋ ਇਸੇ ਤਰ੍ਹਾਂ ABC ਪੰਜਾਬ ਦੇ